ਕਈ ਅਜਿਹੀਆਂ ਆਵਾਜ਼ਾਂ ਨੇ, ਕੋਸ਼ਿਸ਼ ਰਹਿੰਦੀ ਹੈ ਕਹਿੰਦੇ ਉਹਨਾਂ ਨੂੰ ਬੰਦ ਕਰ ਦਈਏ, ਪਰ ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਹੈ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ। ਬਟ ਜਦੋਂ ਤੁਹਾਡੇ 'ਤੇ ਪੈਂਦੀ ਆ, ਫਿਰ ਸਾਡੇ ਕੋਲ ਦੋ ਹੀ ਰਾਹ ਆ ਨਾ। ਜਿਹੜਾ ਕਾਇਰਾਂ ਦਾ ਰਾਹ ਹੈਗਾ ਵਾ, ਉਹ ਹੈਗਾ ਕਿ ਮਾਫ਼ੀ ਮੰਗ ਲਓ, ਅੱਖਾਂ ਥੱਲੇ ਕਰ ਲਓ, ਗੋਡੇ ਫੜ ਲਓ ਅਤੇ ਮਾਫ਼ੀ ਮੰਗ ਕੇ ਨਿਕਲ ਜਾਓ। ਮੇਰੇ ਪਿੱਛੇ ਇੱਕ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਦੀ ਇੱਕ ਸਿੱਖਿਆ ਵਾ, ਇੱਕ ਸੰਸਕਾਰ ਆ, ਸਾਡਾ ਇਤਿਹਾਸ ਆ। ਭਗਵੰਤ ਨੇ ਫਿਰ ਮਤਲਬ ਸਮਝਿਆ ਨਹੀਂ ਮੈਨੂੰ, ਕੋਸ਼ਿਸ਼ ਨਹੀਂ ਕੀਤੀ ਉਹਨੇ ਪੜ੍ਹਨ ਦੀ ਕਿ ਖਹਿਰਾ ਕੌਣ ਹੈ। ਕਿਉਂਕਿ ਅਸੀਂ ਜਿਹੜੀ ਲਾਈਨ 'ਚ ਆ, ਮੈਂ ਕੋਈ ਵਪਾਰੀ ਤਾਂ ਹੈ ਨਹੀਂ ਗਾ। ਪੋਲੀਟਿਕਸ ਫੋਰ ਮੀ ਇਜ਼ ਨੋਟ ਐਨ ਇਸ਼ੂ ਆਫ ਬਿਜ਼ਨਸ, ਐਂਡ ਵਟ ਐਵਰ ਆਈ ਐਮ ਡੂਇੰਗ ਵਿਦ ਮਾਈ ਸਟੇਟ ਔਰ ਮਾਈ ਪੀਪਲ, ਇਟਸ ਡਾਇਰੈਕਟਲੀ ਕਮਿੰਗ ਫਰੋਮ ਦਾ ਹਾਰਟ। ਜੇ ਤੁਹਾਡੇ ਜੇ ਤੁਸੀਂ ਜਵਾ ਤੁਹਾਡੇ ਅੰਦਰ ਜਜ਼ਬਾਤ ਹੀ ਨਹੀਂ, ਇਹਦਾ ਤਾਂ ਫਿਰ ਤੁਸੀਂ ਮਤਲਬ ਕਿ ਸੀਮੈਂਟ ਦੀ ਮੂਰਤੀ ਆ। ਉਹ ਮੈਂ ਖੁਸ਼ੀ ਨਾਲ ਜਜ਼ਬਾਤੀ ਸੀਗਾ ਕਿ ਮੈਨੂੰ ਕਿਹਾ ਜਾ ਰਿਹਾ ਕਿ ਤੇਰਾ ਯਾਰ ਬੇਟਾ ਪੁੱਤਰ ਬੜਾ ਹੋਣਹਾਰ ਹੈ। ਛੋਟੇ ਮੋਟੇ ਬੰਦੇ ਨਹੀਂ ਕਹਿ ਰਹੇ, ਵੱਡੇ ਵੱਡੇ ਲੀਡਰ ਕਹਿ ਰਹੇ ਨੇ। ਰਾਜੇ ਬੜਿੰਗ ਨੇ ਕਾਲ ਕੀਤੀ ਕਿ ਖਹਿਰਾ ਸਾਹਿਬ ਯੂ ਆਰ ਵੈਰੀ ਲੱਕੀ। ਮੈਂ ਪੋਲੀਟੀਕਲ ਵੈਂਡਟਾ ਨਹੀਂ ਰੱਖਾਂਗਾ, ਆਪਣੀ ਜਿਹੜੀ ਹੈ ਕੋਈ ਖਾਰ ਖਾਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਜਿਹੜੀ ਅਸਲ ਰਾਜਨੀਤੀ ਹੈ, ਲੋਕਾਂ ਦੇ ਮੁੱਦਿਆਂ ਦੀ ਰਾਜਨੀਤੀ ਹੈ, ਉਹ ਕਰਾਂਗਾ। ਤੁਹਾਨੂੰ ਕੀ ਲੱਗਦਾ ਫਿਰ ਇਹ ਤੁਹਾਡਾ ਤਾਂ ਬੜਾ ਨਾਲ ਸੀਗਾ ਭਗਵੰਤ ਮਾਨ ਸਾਹਿਬ ਹੋਰਾਂ ਦੇ ਨਾਲ ਰਹਿਣਾ, ਮਿਲਣਾ ਜੁਲਣਾ, ਉਹ ਕਿਉਂ ਇਹ ਅਜਿਹਾ ਹੋ ਰਿਹਾ? ਹੀ ਸ਼ੁੱਡ ਨੋਟ ਹੈਵ ਇੰਡਲਜਡ ਟੂ ਦਿਸ ਲੈਵਲ ਕਿ ਮੈਂ ਇੰਨੇ ਡੇਂਜਰਸ ਕੇਸ ਵਿੱਚ ਇੰਪਲੀਕੇਟ ਕਰਾਂ। ਇਹ ਤਾਂ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇੰਪਲੀਕੇਟ ਕੀਤਾ, ਸਭ ਤੋਂ ਪਹਿਲਾਂ ਮੌਕਾ ਉਹਨਾਂ ਦੇ ਕੋਲ ਸੀਗਾ ਮੈਨੂੰ ਫਸਾਉਣ ਦਾ। ਭਗਵੰਤ ਦੀ ਵੀਡੀਓਜ਼ ਆ ਸੋਸ਼ਲ ਮੀਡੀਆ ਦੇ ਉੱਤੇ, ਜਦੋਂ ਭਗਵੰਤ ਮਾਨ ਕਹਿ ਰਿਹਾ ਵਾ ਕਿ 2017 ਜਦੋਂ ਮੇਰੇ 'ਤੇ ਇਲਜ਼ਾਮ ਲੱਗੇ ਸੀ, ਉਹ ਕਹਿੰਦਾ ਵਾ ਕਿ ਖਹਿਰਾ ਬੇਗੁਨਾਹ ਵਾ। ਹਾਲਾਂਕਿ ਅਕਾਲੀ ਦਲ ਨੇ ਤੁਹਾਡੇ ਹੱਕ ਦੇ ਵਿੱਚ ਗੱਲਾਂ ਕੀਤੀਆਂ, ਉਹਨਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਪੋਲੀਟੀਕਲ ਵੈਂਡਟ ਆ, ਖਹਿਰਾ ਸਾਹਿਬ ਨੂੰ ਜਾਣ ਕੇ ਫਸਾਇਆ ਜਾ ਰਿਹਾ। ਮਤਲਬ ਸੁਨੀਲ ਜਾਖੜ BJP ਦਾ, ਬਿਕਰਮ ਮਜੀਠੀਆ ਅਕਾਲੀ ਦਲ ਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੀ ਪਾਰਟੀ ਨੇ, ਚਲੋ ਲੀਡਰਾਂ ਸਾਰਿਆਂ ਨੇ ਮੈਂ ਨਾਮ ਗਿਣਾਏ, ਉਹ ਕਰਨੇ ਹੀ ਕਰਨੇ ਸੀਗੇ। ਹੋਰ ਵੀ ਲੱਖਾ ਸਧਾਣਾ, ਅੱਛਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ, ਹੋਰ ਭਾਈ ਹਰਜੀਤ ਸਿੰਘ ਮਾਂਝੀ ਹੋਣੀ, ਭਾਈ ਪੰਥਪ੍ਰੀਤ ਸਿੰਘ ਹੋਣੀ, ਈਵਨ ਆਮ ਆਦਮੀ ਪਾਰਟੀ ਦੇ ਬੜੇ ਵਰਕਰਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਸੀਂ ਹੈ ਝਾੜੂ ਵਾਲੇ, ਪਰ ਜੋ ਖਹਿਰਾ ਨਾ ਹੋ ਰਿਹਾ ਜ਼ੁਲਮ ਹੋ ਰਿਹਾ, ਗਲਤ ਹੋ ਰਿਹਾ। ਕਹਿੰਦੇ ਜੋ ਪੰਜਾਬ ਦੇ ਲਈ ਬੋਲੂਗਾ ਉਹਨੂੰ ਖਮਿਆਜ਼ਾ ਪੂਰਾ ਪੱਕਾ ਭੁਗਤਣਾ ਪੈਣਾ। ਕਈ ਅਜਿਹੀਆਂ ਆਵਾਜ਼ਾਂ ਨੇ, ਕੋਸ਼ਿਸ਼ ਰਹਿੰਦੀ ਹੈ ਕਹਿੰਦੇ ਉਹਨਾਂ ਨੂੰ ਬੰਦ ਕਰ ਦਈਏ, ਪਰ ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਹੈ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ। ਉਹਨਾਂ ਦੇ ਪਿੰਡ ਰਾਮਗੜ੍ਹ ਪਹੁੰਚੇ ਹੋਏ ਹਾਂ, ਖਹਿਰਾ ਸਾਹਿਬ ਸਾਡੇ ਨਾਲ ਨੇ। ਖਹਿਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਬਹੁਤ ਸ਼ੁਕਰੀਆ, ਸਭ ਨੂੰ ਫਤਿਹ ਜੀ, ਹੁਕਮ। ਖਹਿਰਾ ਸਾਹਿਬ ਪਹਿਲਾਂ ਤਾਂ ਕਿਵੇਂ ਦੇਖਦੇ ਹੋ, ਜੇਲ੍ਹ ਦੇ ਵਿੱਚ ਪਹਿਲਾਂ ਵੀ ਸਮਾਂ ਲਾਇਆ ਸੀਗਾ, ਹੁਣ ਫਿਰ ਤੋਂ ਸਮਾਂ ਲਾ ਕੇ ਆਏ ਹੋ, ਅਤੇ ਜਿਹੜਾ ਤੁਹਾਡਾ ਲੁੱਕ ਚੇਂਜ ਹੋਈ ਹੈ, ਲੁੱਕ ਦੇਖ ਕੇ ਸ਼ੀਸ਼ੇ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਕੀ ਨਜ਼ਰ ਆਉਂਦਾ ਕਿ ਕਿਹਦੇ ਕਿਹਦਾ ਚਿਹਰਾ ਨਜ਼ਰ ਆਉਂਦਾ ਸ਼ੀਸ਼ੇ ਦੇ ਵਿੱਚ ਜਦੋਂ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ? ਓ ਮੇਰੇ ਆਪਣੇ ਪਿਤਾ ਜੀ ਦਾ, ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਦਾ, ਉਹ ਮੇਰੇ ਨਾਲ ਜ਼ਿਆਦਾ ਡੈਸ਼ਿੰਗ ਸੀ ਉਹਨਾਂ ਦੀ ਪਰਸਨੈਲਿਟੀ, ਬਟ ਐਨੀਵੇਜ਼ ਉਦਾਂ ਦਾ ਮੈਂ ਆਪਣੇ ਆਪ ਨੂੰ ਫੀਲ ਕਰਦਾ ਵਾਂ। ਜੇਲ੍ਹ ਜਿਹੜੀ ਹੁੰਦੀ ਹੈ ਨਾ, ਇਹ ਕੋਈ ਵੀ ਚੰਗਾ ਬੰਦਾ ਜੇਲ੍ਹ ਵਿੱਚ ਰਹਿ ਕੇ ਰਾਜੀ ਨਹੀਂ, ਇਟ ਇਜ਼ ਏ ਇਹਦੀਆਂ ਕੰਧਾਂ ਉੱਚੀਆਂ ਤਾਂ ਕੀਤੀਆਂ ਨੇ, ਚਲੋ ਸਿਕਿਉਰਿਟੀ ਮੈਜਰਸ ਹੁੰਦੇ, ਇਹ ਬੰਦੇ ਦੇ ਵਿੱਚ ਦਿਲ 'ਚ ਦਹਿਸ਼ਤ ਪੈਦਾ ਕਰਨ ਵਾਸਤੇ ਜੀ। ਤਾਂ ਜੇਲ੍ਹ ਤੋਂ ਤੁਸੀਂ ਦੇਖੋਗੇ ਹਰ ਚੰਗਾ ਬੰਦਾ ਕਿਨਾਰਾ ਕਰਦਾ, ਸੋ ਇਸ ਕਰਕੇ ਇਹਨਾਂ ਨੇ ਜੋ ਕੁਛ ਵੀ ਕੀਤਾ ਮੇਰੇ ਨਾਲ, ਮੈਂ ਜੇਲ੍ਹ ਗਿਆ ਕੱਟੀ ਆ, ਉਹਦੇ 'ਚ ਮੈਂ ਆਪਣੇ ਆਪ ਨੂੰ ਕੁਛ ਲਰਨ ਹੀ ਕੀਤਾ ਵਾ, ਮੈਂ ਆਪਣੇ ਆਪ ਨੂੰ ਐਜੂਕੇਟ ਕੀਤਾ, ਮੈਂ ਬਹੁਤ ਸਾਰੀਆਂ ਬੁੱਕਸ ਅੱਛੀਆਂ ਪੜ੍ਹੀਆਂ, ਚੰਗੇ ਕੈਰੇਕਟਰਸ ਪੜ੍ਹੇ, ਮਹਾਰਾਜਾ ਰਣਜੀਤ ਸਿੰਘ ਵਰਗੇ, ਇਮਰਾਨ ਖਾਨ ਵਰਗੇ, ਜ਼ੁਲਫਕਾਰ ਭੁੱਟੋ ਅਲੀ ਭੁੱਟੋ ਵਰਗੇ, ਔਰ ਨੈਲਸਨ ਮੰਡੇਲਾ ਵਰਗੇ, ਪੈਲਸਟਾਈਨ ਇਜ਼ਰਾਈਲ ਦਾ ਇਸ਼ੂ ਪੜ੍ਹਿਆ, ਸੋ ਮੈਂ ਮੈਂਟਲੀ ਵੀ ਲਰਨ ਕੀਤਾ ਅਤੇ ਫਿਜ਼ੀਕਲੀ ਮੈਂ 5-6 ਕਿਲੋ ਭਾਰ ਘਟਾਇਆ। ਮੈਂ ਕਿਹਾ ਐਵੇਂ ਹਾਈ ਕਾਹਦੇ ਲਈ ਜਾਣਾ ਬੈਠਾ, ਤਾਂ ਮੈਂ ਇੱਕ ਥਾਂ ਦੇ ਉੱਤੇ ਹੀ ਹਾਂ। ਐਕਸਰਸਾਈਜ਼ ਕੀਤੀ, ਡੰਡ ਕੱਢੇ, ਜੋਗਿੰਗ ਕੀਤੀ,
ਅੱਛਾ ਖਾਣਾ, ਫੂਡ ਵਗੈਰਾ, ਚੰਗੀਆਂ ਚੀਜ਼ਾਂ ਖਾਧੀਆਂ, ਆਈ ਹੈਵ ਲੋਸਟ ਅਬਾਊਟ 5-6 ਕੇਜੀਸ ਵੇਟ ਆਲਸੋ। ਜਿਵੇਂ ਤੁਸੀਂ ਫਾਦਰ ਸਾਹਿਬ ਹੋਰਾਂ ਦਾ ਜ਼ਿਕਰ ਕੀਤਾ, ਲੁੱਕ ਚੇਂਜ ਹੋਈ ਜੇਲ੍ਹ ਦੇ ਵਿੱਚ ਜਾ ਕੇ, ਕਿਸੇ ਹੋਰ ਦਾ ਵੀ ਨਜ਼ਰ ਆਉਂਦਾ, ਕਿਸੇ ਹੋਰ ਦਾ ਵੀ ਜ਼ਹਿਨ ਦੇ ਵਿੱਚ ਜ਼ਿਕਰ ਆਏਗਾ ਕਿ ਇਹ ਮੇਰੀ ਲੁੱਕ ਉਹਦੇ ਕਰਕੇ ਸਾਹਮਣੇ ਆ ਗਈ? ਨਹੀਂ, ਮੈਂ ਤਾਂ ਇਹੀ ਸਮਝਦਾ ਇਹ ਆਪਣੇ ਜਿੱਦਾਂ ਬਚਪਨ ਤੋਂ ਹੀ ਆਪਾਂ ਨੂੰ ਸਿੱਖਿਆ ਤਾਂ ਘਰਾਂ 'ਚੋਂ ਇਹੀ ਮਿਲਦੀ ਹੈ ਨਾ ਕਿ ਆਪਾਂ ਬਾਣੀ ਦੇ ਨਾਲ ਜੁੜਨਾ ਵਾ, ਗੁਰਸਿੱਖ ਬਣ ਕੇ ਰਹਿਣਾ, ਆਪਾਂ ਜਦੋਂ ਵੀ ਕਿਤੇ ਉੱਠਦੇ ਬੈਠਦੇ ਗੁਰਦੁਆਰਾ ਸਾਹਿਬ 'ਤੇ ਇਹੀ ਪ੍ਰਚਾਰ, ਇਹ ਤੁਹਾਡੇ ਦਿਮਾਗ 'ਚ ਹਰ ਵੇਲੇ ਰਹਿੰਦਾ। ਜਿਹੜੇ ਮੈਂ ਜਦੋਂ ਦਾੜੀ ਕੱਟਦਾ ਸੀ ਜਾਂ ਜਦੋਂ ਹੋਰ ਵੀ ਲੋਕ ਕੱਟਦੇ ਨੇ, ਇਨ ਦਾ ਕੋਰ ਹਾਰਟ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਗਲਤ ਕਰ ਰਹੇ ਹਾਂ। ਐਵਰੀਬਡੀ ਵਾਂਟਸ ਟੂ ਕੀਪ, ਕਈਆਂ ਨੂੰ ਉੱਦਾਂ ਫੈਸ਼ਨ ਕਰਕੇ ਨਹੀਂ ਚੰਗਾ ਲੱਗਦਾ, ਕਈਆਂ ਨੂੰ ਐਂ ਲੱਗਦਾ ਕਿ ਮੇਰੇ ਚਿਹਰੇ 'ਤੇ ਸੂਟ ਨਹੀਂ ਕਰੂ, ਬਟ ਲੈਟ ਮੀ ਟੈਲ ਯੂ ਵਨ ਥਿੰਗ, ਜੋ ਵੀ ਜ਼ਿੰਦਗੀ 'ਚ ਔਰਗੈਨਿਕ ਹੁੰਦਾ ਨਾ ਉਹਦਾ ਮੁਕਾਬਲਾ ਨਹੀਂ ਹੁੰਦਾ। ਹਾਂ, ਜਦੋਂ ਆਪਾਂ ਬਨੌਟੀ ਗੱਲ ਕਰਨੀ, ਉਹ ਬਨੌਟੀ ਹੀ ਰਹਿਣੀ ਹੈ ਜੋ ਮਰਜ਼ੀ ਕਰੀ ਜਾਓ। ਖੈਰ ਸਾਹਿਬ, ਜਿਵੇਂ ਸ਼ੇਰੇ ਪੰਜਾਬ ਦੀ ਗੱਲ ਆਉਂਦੀ ਹੈ, ਅੰਦਰ ਮੈਂ ਤਸਵੀਰ ਦੇਖ ਰਿਹਾ ਸੀਗਾ, ਤੁਹਾਡੀ ਤਸਵੀਰ ਦੇ ਉੱਤੇ ਵੀ ਪੰਜਾਬ ਦਾ ਕੁਛ ਜ਼ਿਕਰ ਕੀਤਾ ਹੋਇਆ, ਪੰਜਾਬੀ ਆਵਾਜ਼। ਉਹ ਆਵਾਜ਼ ਹੈ ਪੰਜਾਬ। ਉਹ ਮੈਂ ਜਦੋਂ ਲੀਡਰ ਆਫ ਓਪੋਜੀਸ਼ਨ ਸੀ, ਕੰਮ ਕਰਦਾ ਸੀਗਾ, ਉਦੋਂ ਕਈਆਂ ਨੇ ਮੈਨੂੰ ਕਿਸ ਤਰ੍ਹਾਂ ਦੇ ਤੋਹਫੇ ਨਹੀਂ ਦਿੰਦੇ ਹੁੰਦੇ, ਅਤੇ ਕਿਸੇ ਨੇ ਫੋਟੋ ਦੇ ਉੱਤੇ ਲਿਖ ਕੇ ਪਾਇਆ ਸੀਗਾ। ਪ੍ਰੋਬੇਬਲੀ ਕਿ ਜਿਹੜੇ ਮੈਂ ਇਸ਼ੂਜ਼ ਉਠਾਉਣਾ ਵਾਂ, ਜੋ ਪੰਜਾਬ ਦੇ ਵਿੱਚ ਬਹਿ ਕੇ ਲੋਕਾਂ ਦੀ ਗੱਲ ਗੁੱਲ ਕਰਦੇ ਹਾਂ, ਉਹਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਇਹ ਪ੍ਰਭਾਵ, ਬਸ ਉਸੇ ਆਵਾਜ਼ ਨੂੰ ਤਾਂ ਰੁਕਣਾ ਚਾਹੁੰਦੇ ਆ। ਕਹਾਣੀ ਜਿਹੜੀ ਮੁਕੱਦਮਿਆਂ ਦੀ ਝੂਠੀ ਹੈ, ਦਾਸਤਾਨ, ਉਸੇ ਆਵਾਜ਼ ਦੇ ਮਗਰ ਪਏ ਹੋਏ ਨੇ। ਖਰ ਸਾਹਿਬ, ਲੱਗਦਾ ਨਹੀਂ ਕਿ ਜੋ ਇਹ ਚੀਜ਼ਾਂ ਨੇ, ਇੱਕ ਮਨ ਹੋ ਜਾਂਦਾ ਕਿ ਬਸ ਮਨਾ, ਬਸ ਬਹੁਤ ਹੋ ਗਿਆ, ਬੜੀਆਂ ਚੀਜ਼ਾਂ ਨੇ ਪਿੰਡੇ 'ਤੇ ਹੰਢਾ ਲੀਆਂ, ਅੱਗੇ ਬੱਚੇ ਨੇ, ਪਰਿਵਾਰ ਹੈ, ਪੈਰ ਨਹੀਂ ਪਿੱਛੇ ਕਰਨ ਦੀ ਜੀ ਕਰਦਾ ਵੀ ਪਿੱਛੇ ਕਰਦੇ ਇੱਦਾਂ ਨਾ। ਅਤੇ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਕਿ ਕਿਹਨੂੰ ਚੰਗਾ ਲੱਗਦਾ ਕਿ ਇੱਦਾਂ ਦੇ ਮੁਕੱਦਮੇ ਹੋਣ, ਜੇਲ੍ਹਾਂ ਦੇ ਵਿੱਚ ਹੋਣ? ਬਟ ਜਦੋਂ ਤੁਹਾਡੇ 'ਤੇ ਪੈਂਦੀ ਆ, ਫਿਰ ਸਾਡੇ ਕੋਲ ਦੋ ਹੀ ਰਾਹ ਨਾ। ਜਿਹੜਾ ਕਾਇਰਾਂ ਦਾ ਰਾਹ ਹੈਗਾ ਵਾ, ਉਹ ਹੈਗਾ ਕਿ ਮਾਫ਼ੀ ਮੰਗ ਲਓ, ਅੱਖਾਂ ਥੱਲੇ ਕਰ ਲਓ, ਗੋਡੇ ਫੜ ਲਓ ਅਤੇ ਮਾਫ਼ੀ ਮੰਗ ਕੇ ਨਿਕਲ ਜਾਓ। ਦੂਜਾ ਰਾਹ ਹੈਗਾ ਉਹੀ ਪੰਜਾਬ ਦਾ ਰਾਹ, ਜਿਹੜਾ ਰਾਹ ਸਾਡੇ ਪੁਰਖਿਆਂ ਨੇ, ਸਾਡੇ ਗੁਰੂ ਸਾਹਿਬਾਨ ਨੇ ਅਡੋਪਟ ਕੀਤਾ, ਉਹ ਰਾਹ ਆਹ ਵਾਲਾ ਸੀ। ਦੂਜਾ ਮੈਂ ਉਹ ਦੂਜਾ ਚੁਣਨਾ ਹੀ ਚੁਣਨਾ ਸੀ, ਕਿਉਂਕਿ ਬਿਕੋਜ਼ ਮੇਰੇ ਪਿੱਛੇ ਇੱਕ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਦੀ ਇੱਕ ਸਿੱਖਿਆ ਵਾ, ਇੱਕ ਸੰਸਕਾਰ ਆ, ਸਾਡਾ ਇਤਿਹਾਸ ਆ। ਭਗਵੰਤ ਨੇ ਫਿਰ ਮਤਲਬ ਸਮਝਿਆ ਨਹੀਂ ਮੈਨੂੰ, ਕੋਸ਼ਿਸ਼ ਨਹੀਂ ਕੀਤੀ ਉਹਨੇ ਪੜ੍ਹਨ ਦੀ ਕਿ ਖੈਰਾ ਕੌਣ ਆ। ਸੋ ਹੀ ਹੈਜ਼ ਮਿਸ ਅੰਡਰਸਟੂਡ ਮੀ। ਤੋ ਮੈਂ ਉਹ ਰਾਹ ਚੁਣਿਆ ਨੋਇੰਗਲੀ ਕਿ ਇਹਦੇ ਡਿਫਿਕਲਟ ਟਾਸਕ ਆ, ਤੇਰੇ 'ਤੇ ਪਰਚੇ ਵੀ ਹੋਣਗੇ, ਤੈਨੂੰ ਹੁਣ ਵੀ ਤੰਗ ਕਰ ਸਕਦੇ ਨੇ, ਪਰ ਕਿਉਂਕਿ ਅਸੀਂ ਜਿਹੜੀ ਲਾਈਨ 'ਚ ਹਾਂ, ਮੈਂ ਕੋਈ ਵਪਾਰੀ ਤਾਂ ਹੈ ਨਹੀਂ ਗਾ। ਪੋਲੀਟਿਕਸ ਫੋਰ ਮੀ ਇਜ਼ ਨੋਟ ਐਨ ਇਸ਼ੂ ਆਫ ਬਿਜ਼ਨਸ, ਐਂਡ ਵਟ ਐਵਰ ਆਈ ਐਮ ਡੂਇੰਗ ਵਿਦ ਮਾਈ ਸਟੇਟ ਔਰ ਮਾਈ ਪੀਪਲ, ਇਟਸ ਡਾਇਰੈਕਟਲੀ ਕਮਿੰਗ ਫਰੋਮ ਦਾ ਹਾਰਟ। ਬਹੁਤੇ ਪੋਲੀਟੀਕਲ ਬੰਦੇ ਬ੍ਰੇਨ ਨਾਲ ਸੋਚਦੇ ਨੇ, ਦੇ ਵੈਰੀ ਬ੍ਰੇਨੀ, ਦੇ ਕਹਿੰਦੇ ਨਹੀਂ ਹੁੰਦੇ ਕਿ ਬੜੀ ਦਿਮਾਗ ਨਾਲ ਕਰਦਾ, ਬੜਾ ਸ਼ਾਤਰ ਬੰਦਾ ਵਾ, ਮੈਂ ਉੱਦਾਂ ਦਾ ਹੈ ਹੀ ਨਹੀਂ ਗਾ। ਸੋ ਵਟ ਐਵਰ ਆਈ ਐਮ ਡੂਇੰਗ, ਆਈ ਐਮ ਡੂਇੰਗ ਫੋਰ ਮਾਈ ਸਟੇਟ ਐਂਡ ਫੋਰ ਮਾਈ। ਸੁਖਪਾਲ ਖਹਿਰਾ ਦਾ ਵੀ ਦਿਲ ਆਇਆ, ਸੁਖਪਾਲ ਖਹਿਰਾ ਦੇ ਵੀ ਭਾਵਕ ਹੋ ਜਾਂਦੇ ਨੇ। ਬੀਤੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਚੰਡੀਗੜ੍ਹ ਰੈਜੀਡੈਂਸ 'ਤੇ ਹੋਈ ਸੀਗੀ, ਮਹਿਤਾਬ ਨੂੰ ਇਸ ਤਰੀਕੇ ਦੇ ਨਾਲ ਸਿਰ ਪਲੋਸਦੇ ਹੋਏ ਵੀ ਤੁਸੀਂ, ਆਈ ਥਿੰਕ ਸੈਂਟੀਮੈਂਟਲ ਹੋਣਾ ਬਹੁਤ ਅੱਛੀ ਕੁਆਲਿਟੀ ਆ। ਜੇ ਤੁਸੀਂ ਤੁਹਾਡੇ ਅੰਦਰ ਜਜ਼ਬਾਤ ਹੀ ਨਹੀਂ ਇਹਦਾ, ਤਾਂ ਫਿਰ ਤੁਸੀਂ ਮਤਲਬ ਕਿ ਸੀਮੈਂਟ ਦੀ ਮੂਰਤੀ ਆ। ਜਜ਼ਬਾਤੀ ਹੋਣਾ ਇਜ਼ ਸਮਥਿੰਗ ਵੈਰੀ ਗੁੱਡ ਕੁਆਲਿਟੀ। ਆਈ ਲਾਈਕ ਪੀਪਲ ਹੂ ਆਰ ਇਮੋਸ਼ਨਲ। ਤੋ ਜਜ਼ਬਾਤ ਜਦੋਂ ਕੋਈ ਜਿੱਦਾਂ ਹੁਣ ਮਹਿਤਾਬ ਦੇ ਕਰਕੇ ਤਾਂ ਇੱਦਾਂ ਹੋਇਆ, ਬਿਕੋਜ਼ ਉਹ ਮੈਂ ਖੁਸ਼ੀ ਨਾਲ ਸੀ, ਉਹ ਮੈਂ ਖੁਸ਼ੀ ਨਾਲ ਜਜ਼ਬਾਤੀ ਸੀਗਾ ਕਿ ਮੈਨੂੰ ਕਿਹਾ ਜਾ ਰਿਹਾ ਕਿ ਤੇਰਾ ਯਾਰ ਬੇਟਾ ਪੁੱਤਰ ਬੜਾ ਹੋਣਹਾਰ ਆ। ਛੋਟੇ ਮੋਟੇ ਬੰਦੇ ਨਹੀਂ ਕਹਿ ਰਹੇ, ਵੱਡੇ ਵੱਡੇ ਲੀਡਰ ਕਹਿ ਰਹੇ ਨੇ। ਰਾਜੇ ਵੜਿੰਗ ਨੇ ਕਾਲ ਕੀਤੀ ਕਿ ਖਹਿਰਾ ਸਾਹਿਬ ਯੂ ਵੈਰੀ ਲੱਕੀ, ਇਹ ਮਹਿਤਾਬ ਤੁਹਾਡੇ ਯਾਰ ਕੋ ਇੱਦਾਂ ਦਾ ਪੁੱਤਰ ਹੈ ਤੁਹਾਡੇ ਕੋਲ ਯਾਰ, ਐਡੀ ਸਟਰੋਂਗ ਡਿਫੈਂਸ ਲਾਈਨ ਆ। ਹੋਰ ਵੀ ਬੜੇ ਅੱਛੇ ਲੀਡਰਾਂ ਨੇ ਕਿਹਾ, ਬਹੁਤ ਚੰਗੇ ਵੱਡੇ ਵੱਡੇ ਆਗੂਆਂ ਨੇ, ਅਤੇ ਬਾਕੀਆਂ ਨੇ ਚਲੋ ਆਮ ਜਨਤਾ ਆਵਾਮ ਵੀ ਜਦੋਂ ਤੁਹਾਡੇ ਪੁੱਤਰਾਂ ਤੁਹਾਡੇ ਬੇਟੇ ਦੀ ਤੁਹਾਡੇ ਬੱਚਿਆਂ ਦੀ ਤਾਰੀਫ ਕਰਦੇ, ਇਟ ਬਿਕਮਸ ਯੂ ਫੀਲ ਨਾਈਸ। ਸੋ ਦੈਟ ਦੋਜ਼ ਵਟ ਐਵਰ ਇਮੋਸ਼ਨਲ ਆਈ ਗੋਟ, ਇਟ ਵਾਜ਼ ਆਊਟ ਆਫ ਹੈਪੀਨੈਸ। ਖਹਿਰਾ ਸਾਹਿਬ, ਇੱਕ ਤੁਸੀਂ ਇਹ ਜ਼ਰੂਰ ਸੋਚਦੇ ਹੋ, ਇਹ ਜ਼ਰੂਰ ਕਹਿੰਦੇ ਹੋ ਸਟੇਜਾਂ ਦੇ ਉੱਤੋਂ ਕਿ ਮੈਂ ਪੋਲੀਟੀਕਲ ਵੈਂਡਟਾ ਨਹੀਂ ਰੱਖਾਂਗਾ,
ਆਪਣੀ ਜਿਹੜੀ ਹੈ ਕੋਈ ਖਾਰ ਖਾਣ ਦੀ ਕੋਸ਼ਿਸ਼ ਨਹੀਂ ਕਰਾਂਗਾ, ਮੈਂ ਜਿਹੜੀ ਅਸਲ ਰਾਜਨੀਤੀ ਹੈ ਲੋਕਾਂ ਦੇ ਮੁੱਦਿਆਂ ਦੀ ਰਾਜਨੀਤੀ ਹੈ ਉਹ ਕਰਾਂਗਾ। ਤੁਹਾਨੂੰ ਕੀ ਲੱਗਦਾ ਫਿਰ ਇਹ ਤੁਹਾਡਾ ਤਾਂ ਬੜਾ ਨਾਲ ਸੀਗਾ ਭਗਵੰਤ ਮਾਨ ਸਾਹਿਬ ਹੋਰਾਂ ਦੇ ਨਾਲ ਰਹਿਣਾ ਮਿਲਣਾ ਜੁਲਣਾ, ਫਿਰ ਉਹ ਕਿਉਂ ਅਜਿਹਾ ਹੋ ਰਿਹਾ? ਨਹੀਂ ਪਤਾ ਨਹੀਂ ਉਹਨਾਂ ਨੇ ਇੰਨੀ ਕਿਉਂ ਨਫ਼ਰਤ ਕੀਤੀ ਆ, ਮਤਲਬ ਅਸੀਂ ਤਾਂ ਇਕੱਠੇ 2-3 ਸਾਲ ਮੈਂ ਕੰਮ ਕੀਤਾ, ਉਹ ਪ੍ਰੈਜ਼ੀਡੈਂਟ ਸੀ, ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਅਤੇ ਹੀ ਸ਼ੁੱਡ ਨੋਟ ਹੈਵ ਇੰਡਲਜ ਟੂ ਦਿਸ ਲੈਵਲ ਕਿ ਮੈਂ ਇੰਨੇ ਡੇਂਜਰਸ ਕੇਸ ਵਿੱਚ ਇੰਪਲੀਕੇਟ ਕਰਨਾ। ਇਹ ਤਾਂ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇੰਪਲੀਕੇਟ ਕੀਤਾ, ਸਭ ਤੋਂ ਪਹਿਲਾਂ ਮੌਕਾ ਉਹਨਾਂ ਦੇ ਕੋਲ ਸੀਗਾ ਮੈਨੂੰ ਫਸਾਉਣ ਦਾ, ਉਹਨਾਂ ਨੇ ਤਾਂ ਕੀਤਾ ਨਹੀਂ, ਅਤੇ ਆਪਾਂ ਤਾਂ ਬਦਲਾਓ ਲਿਆਉਂਦੇ ਲਿਆਉਂਦੇ ਆਪਾਂ ਤਾਂ ਉਹਨਾਂ ਦਾ ਵੀ ਰਿਕਾਰਡ ਤੋੜ ਦਿੱਤਾ ਬਦਲੇ ਦਾ। ਸੋ ਇਸ ਕਰਕੇ ਇਹ ਸਾਰਾ ਕੁਛ ਜਿਹੜਾ ਹੋਇਆ ਮੇਰੇ ਨਾਲ ਇਹ ਸਰਾਸਰ ਗਲਤ ਹੈਗਾ ਵਾ, ਔਰ ਜਿਹੜਾ ਹੈਗਾ ਮਤਲਬ ਇਹ ਇੱਕੋ ਹੀ ਕੇਸ ਨੂੰ ਚੱਕ ਕੇ ਇੱਕੋ ਹੀ ਇਲਜ਼ਾਮਾਂ ਨੂੰ, ਸਿਰਫ ਮੇਰਾ ਇਸ ਕੇਸ ਵਿੱਚ ਕੋਈ ਤਲਕ ਨਹੀਂਗਾ। 2015 'ਚ ਮੇਰੇ ਇਲਾਕੇ ਦਾ ਇੱਕ ਸਰਪੰਚ ਫੜਿਆ ਗਿਆ ਸੀ, ਉਹ ਮੈਨੂੰ ਕਾਲਿੰਗ ਕਰਦਾ, ਮੇਰਾ ਸਿਰਫ ਕਾਲਾਂ ਤੱਕ ਦਾ ਕਸੂਰ ਹੈ। ਫਿਰ ਉਹਨਾਂ ਨੇ ਚੱਕ ਕੇ ਪਹਿਲਾਂ ਅਕਾਲੀਆਂ ਨੇ SIT ਬਣਾਤੀ, ਫਿਰ ਉਸ ਤੋਂ ਬਾਅਦ ਜਦੋਂ ਰਾਣਾ ਗੁਰਜੀਤ ਨਿਕਲਿਆ ਵਾ ਅਤੇ ਫਿਰ ਇਹਨਾਂ ਨੇ ਮੈਨੂੰ ਅਦਾਲਤ 'ਚ ਸਮਨ ਕਰਾ ਦਿੱਤਾ, ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੁਕੱਦਮਾ ਜਿਹਾ ਬਣਾ ਦਿੱਤਾ ਅਤੇ ਫਿਰ ਇਹਨਾਂ ਨੇ BJP ਨੇ ਮੇਰੇ 'ਤੇ ਚੱਕ ਕੇ ED ਦਾ ਰੇਡ ਕਰਾ ਦਿੱਤਾ, ਅਤੇ ਹੁਣ ਭਗਵੰਤ ਨੇ ਉਹੀ ਪਰਚਾ ਚੱਕ ਕੇ ਕਰਤਾ। ਭਗਵੰਤ ਦੀ ਵੀਡੀਓ ਦਾ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਭਗਵੰਤ ਮਾਨ ਕਹਿ ਰਿਹਾ ਵਾ ਕਿ 2017 ਜਦੋਂ ਮੇਰੇ 'ਤੇ ਇਲਜ਼ਾਮ ਲੱਗੇ ਸੀ, ਉਹ ਕਹਿੰਦਾ ਵਾ ਕਿ ਖਹਿਰਾ ਬੇਗੁਨਾਹ ਵਾ, ਦੈਟ ਮੀਨਸ ਹੀ ਨੋਜ਼ ਐਵਰੀਥਿੰਗ, ਹੀ ਨੋਜ਼ ਐਵਰੀ ਬਿਟ ਆਫ ਦਾ ਕੇਸ, ਅਤੇ ਜੇ ਮੈਂ ਉਦੋਂ ਬੇਗੁਨਾਹ ਸੀ ਤਾਂ ਹੁਣ ਮੈਂ ਦੋਸ਼ੀ ਕਿੱਦਾਂ ਬਣ ਗਿਆ? ਹਾਲਾਂਕਿ ਅਕਾਲੀ ਦਲ ਤੋਂ ਜਿਵੇਂ ਤੁਸੀਂ ਕਹਿ ਰਹੇ ਕਿ ਮੈਂ ਉਮੀਦ ਨਹੀਂ ਰੱਖ ਸਕਦਾ ਸੀਗਾ, ਹੋਰ ਪਾਰਟੀਆਂ ਤੋਂ ਮੈਂ ਉਮੀਦ ਨਹੀਂ ਰੱਖ ਸਕਦਾ ਸੀ ਕਿ ਇੰਨੀ ਜਿਹੜੀ ਆ ਖਾਰ ਖਾਧੀ ਜਾ ਸਕਦੀ ਹੈ। ਹਾਲਾਂਕਿ ਅਕਾਲੀ ਦਲ ਨੇ ਤੁਹਾਡੇ ਹੱਕ ਦੇ ਵਿੱਚ ਗੱਲਾਂ ਕੀਤੀਆਂ, ਉਹਨਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਇਹ ਪੋਲੀਟੀਕਲ ਵੈਂਡਟ ਆ, ਖਹਿਰਾ ਸਾਹਿਬ ਨੂੰ ਜਾਣ ਕੇ ਫਸਾਇਆ ਜਾ ਰਿਹਾ, ਵੀ ਇਸ ਤਰ੍ਹਾਂ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਕਹਿੰਦੇ ਸਾਰੀਆਂ ਪਾਰਟੀਆਂ ਨੇ ਮਦਦ ਕੀਤੀ ਹੈ, ਬਿਕੋਜ਼ ਆਈ ਥਿੰਕ ਕਿਤੇ ਡਾਊਨ ਦਾ ਲਾਈਨ ਐਵਰੀਬਡੀ ਫੈਲਟ ਕਿ ਮੈਂ ਵਿਕਟਮਾਈਜ਼ ਹੋ ਰਿਹਾ। ਮਤਲਬ ਸੁਨੀਲ ਜਾਖੜ BJP ਦਾ, ਬਿਕਰਮ ਮਜੀਠੀਆ ਅਕਾਲੀ ਦਲ ਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੀ ਪਾਰਟੀ ਨੇ, ਤਾਂ ਚਲੋ ਲੀਡਰਾਂ ਸਾਰਿਆਂ ਨੇ ਮੈਂ ਨਾਮ ਗਿਣਾਏ, ਉਹ ਕਰਨੇ ਹੀ ਕਰਨੇ ਸੀਗੇ, ਹੋਰ ਵੀ ਲੱਖਾ ਸਧਾਣਾ, ਅੱਛਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ, ਔਰ ਭਾਈ ਹਰਜੀਤ ਸਿੰਘ ਮਾਂਝੀ ਹੁਣੀ, ਭਾਈ ਪੰਥਪ੍ਰੀਤ ਸਿੰਘ ਹੁਣੀ, ਹੈ ਨਾ, ਸਾਰੇ ਬੰਦਿਆਂ ਨੇ ਕਿਹਾ, ਹੋਰ ਵੀ ਦੂਜੀਆਂ, ਈਵਨ ਆਮ ਆਦਮੀ ਪਾਰਟੀ ਦੇ ਬੜੇ ਵਰਕਰਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਸੀਂ ਹੈ ਝਾੜੂ ਵਾਲੇ, ਪਰ ਜੋ ਖਹਿਰਾ ਨਾ ਹੋ ਰਿਹਾ ਜ਼ੁਲਮ ਹੋ ਰਿਹਾ, ਗਲਤ ਹੋ ਰਿਹਾ ਵਾ, ਬਹੁਤ ਲੋਕਾਂ ਨੇ ਕਿਹਾ। ਖਰਾ ਸਾਹਿਬ ਇਸ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਵੀ ਭਾਵੇਂ ਪਹਿਲਾਂ ਤੁਹਾਡੇ ਪਹਿਲਾਂ ਸੀਗਾ ਹੁਣ ਸੀਗਾ, ਉਹਨੇ ਤੁਹਾਡੇ ਲਈ ਵੀ ਅਜਿਹਾ ਪ੍ਰਚਾਰ ਕੀਤਾ ਕਿ ਅਸੀਂ ਵੱਡਾ ਮਗਰਮੱਛ ਫੜ ਰੱਖਿਆ NDPS ਦਾ। ਦੇਖੋ ਕਿੱਡਾ ਦੋਗਲੀਆਂ ਗੱਲਾਂ ਕਰਦੇ ਜੀ, ਉੱਥੇ ਦਿੱਲੀ ਵਿੱਚ ਰੋ ਰਹੇ ਨੇ ਕਿ ਸਾਨੂੰ BJP ED ਅਤੇ CBI ਦੇ ਰਾਹੀਂ ਤੰਗ ਕਰ ਰਹੀ ਆ, ਝੂਠੇ ਪਰਚੇ ਹਮਾਰੇ ਪਰ ਕਰ ਰਹੇ ਹੈ, ਹਮ ਤੋਂ ਕੱਟੜ ਇਮਾਨਦਾਰ ਹੈ। ਪਰ ਜੇ ਉਹਨਾਂ ਦਾ ਪਹਿਲਾਂ ਪੱਖ ਦੇਖੀਏ, ਉਹਨਾਂ ਦੇ ਬੰਦੇ ਤਾਂ 1.5 ਸਾਲ ਦੇ ਅੰਦਰ ਆ ਜੇਲ੍ਹਾਂ ਦੇ ਵਿੱਚ, ਸੁਪਰੀਮ ਕੋਰਟ ਨੇ ਬੇਲਸ ਡਿਨਾਈ ਕਰਤੀਆਂ ਸਿਸੋਡੀਏ ਨੂੰ ਅਤੇ ਸਤਿੰਦਰ ਜੈਨ ਨੂੰ, ਫਿਰ ਵੀ ਕਹੀ ਜਾਂਦਾ ਉਹ ਬੜੇ ਕੱਟੜ ਇਮਾਨਦਾਰ, ਹੀ ਇਜ਼ ਓਵਰਰਾਈਡਿੰਗ ਦਾ ਸੁਪਰੀਮ ਕੋਰਟ ਆਲਸੋ। ਅਤੇ ਜੋ ਕੁਛ BJP ਉਹਦੇ ਨਾਲ ਕਰ ਰਹੀ ਆ, ਜੋ ਰੋ ਰਿਹਾ ਵਾ, ਉਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਲੀਡਰਾਂ ਦੇ ਨਾਲ ਕਰ ਰਿਹਾ ਵਾ। ਹੁਣ ਕਿੰਨੀ ਵਾਰੀ ਕਿੰਨੇ ਕਾਂਗਰਸ ਦੇ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਤੇ? ਆਹ ਮੇਰੇ ਦੇ 5ਵਾਂ ਪਰਚਾ ਸੀਗਾ, ਡੋਂਟ ਫੋਰਗੇਟ, ਇਕੱਲੇ 2 ਨਹੀਂ ਸੀਗੇ, ਹੁਣ 3 ਪਹਿਲਾਂ ਸੀ, ਜੇ ਮੈਂ ਉਹਨਾਂ ਦੇ ਹੱਥ ਨਹੀਂ ਲੱਗਿਆ ਫੜ ਸਕੇ ਅਤੇ ਉਹਨਾਂ ਨੇ ਆਹ ਰੂਟ ਮੇਰਾ ਅਡੋਪਟ ਕਰ ਲਿਆ ਵਾ। ਅਤੇ ਇੱਦਾਂ ਹੀ BJP ਦੇ ਇਲਜ਼ਾਮ ਲਾਉਂਦਾ ਕਿ ਜੀ ਮੀਡੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ, BJP ਨੇ ਇਹਨੂੰ ਗੋਦੀ ਮੀਡੀਆ ਬਣਾਤਾ, ਉਹੀ ਮੀਡੀਆ ਪੰਜਾਬ ਦਾ ਇਹਨਾਂ ਨੇ ਆਪ ਕੰਟਰੋਲ ਕੀਤਾ ਹੋਇਆ। ਵਾਟ ਇਜ਼ ਦ ਡਿਫਰੈਂਸ ਬਿਟਵੀਨ ਹਿਜ਼ ਵਰਕ ਸਟਾਈਲ ਐਂਡ ਦ ਵਰਕ ਸਟਾਈਲ ਆਫ BJP ਜਿਹਨਾਂ ਦੇ ਖਿਲਾਫ ਐਲੀਗੇਸ਼ਨ ਲਾਉਂਦਾ ਵਾ? ਅਤੇ ਮੈਨੂੰ ਕਹਿੰਦਾ ਜੀ ਹਮਨੇ ਬੜਾ ਬੜਾ ਸਮਗਲਰ ਪਕੜ ਲਿਆ ਹੈ, ਅਤੇ ਮੈਨੂੰ ਤਾਂ 3.5-4 ਮਹੀਨੇ ਜ਼ਮਾਨਤ ਮਿਲ ਗਈ ਆ, ਅਤੇ ਪਰਸੋਂ ਚੌਥ ਸੁਪਰੀਮ ਕੋਰਟ ਨੇ ਇਹਨਾਂ ਦਾ ਉਹ ਜਿਹੜੀ ਮੇਰੀ ਬੇਲ ਕੈਂਸਲ ਕਰਾਉਣ ਗਏ ਸੀ, ਉਹ ਭਗਾ ਕੇ ਇਹਨਾਂ ਦੇ ਮੂੰਹ 'ਤੇ ਮਾਰੀ ਹੈ। ਔਰ ਉਹਨਾਂ ਨੇ ਕਿਹਾ ਵਾ ਕਿ ਤੁਸੀਂ ਇਸ ਕੇਸ ਵਿੱਚ ਇਹਨੂੰ ਇਨਵੈਸਟੀਗੇਟ ਕਰ ਹੀ ਨਹੀਂ ਸੀ ਸਕਦੇ, ਪਰ ਹੁਣ ਕੇਜਰੀਵਾਲ ਇਹ ਥੋੜ੍ਹੋ ਕਦੀ ਕਹੂਗਾ ਕਿ ਖਹਿਰਾ ਜੋ ਹੈ ਇਨੋਸੈਂਟ ਹੈ? ਇਹਨਾਂ ਕਹਿਣ ਦਾ ਮਾਦਾ ਰੱਖਣਾ ਚਾਹੀਦਾ, ਜੇ ਤੁਸੀਂ ਕਿਸੇ ਨੂੰ ਸਮਗਲਰ ਕਹਿੰਦੇ ਆ
ਜਦੋਂ ਬਾਹਰ ਆਣ ਕੇ ਆਪਣੀ ਗੱਲ ਕਹਿੰਦਾ ਲੋਕਾਂ ਦੀ ਕਚਹਿਰੀ 'ਚ ਰੱਖਦਾ, ਫਿਰ ਇਹ ਵੀ ਕਹੋ ਕਿ ਹਾਂ ਯੈਸ ਹੀ ਇਜ਼ ਇਨੋਸੈਂਟ। ਖਰਾ ਸਾਹਿਬ, ਤੁਸੀਂ ਅਕਸਰ ਸਿੱਖਾਂ ਦੇ ਲਈ ਵੀ ਆਵਾਜ਼ ਬੁਲੰਦ ਕਰਦੇ ਹੋ ਕਿਉਂਕਿ ਖੁਦ ਸਿੱਖ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਹੋ। ਬੀਤੇ ਦਿਨਾਂ ਦੇ ਵਿੱਚ ਜਿਸ ਹਿਸਾਬ ਨਾਲ ਗ੍ਰਿਫਤਾਰੀਆਂ ਹੋਈਆਂ, NSA ਲੱਗੇ, ਸਰਕਾਰ ਕਹਿੰਦੀ ਸੀ ਜੋ ਇੰਡੀਅਨ ਗਵਰਨਮੈਂਟ ਦਾ ਕਾਨੂੰਨ ਤੋੜੇਗਾ, ਪੰਜਾਬ ਦਾ ਜਿਹੜਾ ਕਾਨੂੰਨ ਵਿਵਸਥਾ ਖਰਾਬ ਕਰੇਗਾ, ਉਹ ਕੋਈ ਬਖਸ਼ਿਆ ਨਹੀਂ ਜਾਏਗਾ, ਮੁੱਖ ਮੰਤਰੀ ਸਾਹਿਬ ਉਹਨਾਂ ਨੇ ਵੀ ਕਿਹਾ ਸੀਗਾ। ਤੁਹਾਨੂੰ ਕੀ ਲੱਗਦਾ ਕਿ ਕਾਨੂੰਨ ਵਿਵਸਥਾ ਖਰਾਬ ਕਰਨ ਆਏ ਸੀ ਜਿੰਨੇ ਵੀ ਸੀਗੇ ਨੌਜਵਾਨ? ਚਲੋ ਉਹ ਤਾਂ ਮੈਂ ਦੇਖਦਾ ਹਾਂ, ਕਹਿੰਦੇ ਲੋ ਤੋੜੂਗਾ ਉਹ ਖਰਾਬ, ਉਹਨੂੰ ਅਸੀਂ ਬਖਸ਼ਾਂਗੇ ਨਹੀਂ। ਕਟਾਰੂ ਚੱਕ ਕਿਉਂ ਬਖਸ਼ਿਆ ਵਾ? ਬੀਬੀ ਸਰਬਜੀਤ ਕੌਰ ਮਾਣੂਕੇ ਨੇ ਇੱਕ ਕੋਠੀ 'ਤੇ ਕਬਜ਼ਾ ਕੀਤਾ, ਲੋ ਤੋੜਿਆ ਵਾ, ਉਹਨੂੰ ਕਿੱਦਾਂ ਬਖਸ਼ਿਆ ਵਾ? ਫੌਜਾ ਸਿੰਘ ਸਰਾਰੀ ਨੂੰ ਕੈਬਿਨਟ 'ਚੋਂ ਕੱਢਿਆ, ਲੋ ਤੋੜਿਆ ਵਾ, ਉਹਨੂੰ ਕਿਉਂ ਬਖਸ਼ਿਆ ਵਾ? ਇਹ ਕਿਹੜੀਆਂ ਲੋ ਰੂ ਦੀਆਂ ਗੱਲਾਂ ਕਰਦੇ, ਕਿਹੜੇ ਮਾਪਦੰਡਾਂ ਦੀਆਂ ਗੱਲਾਂ ਕਰਦੇ ਨੇ? ਦੇ ਆਰ ਆਲ ਟਰਾਇੰਗ ਟੂ ਜਸਟ ਮੇਕ ਇਟ ਬੋਗਸ। ਔਰ ਜਿਹੜਾ ਕੋਈ ਲੋ ਤੁਸੀਂ ਕਿਹਨੇ ਤੋੜਿਆ, ਮੇਰੇ ਨਜ਼ਰ ਦੇ ਹਿਸਾਬ ਦੇ ਨਾਲ ਜਿਹੜਾ ਅੰਮ੍ਰਿਤਪਾਲ ਦਾ ਜ਼ਿਆਦਾ ਪ੍ਰਚਾਰ ਹੀ ਸੀਗਾ, ਸਿੱਖੀ ਦਾ ਪ੍ਰਚਾਰ ਕਰਦਾ ਸੀ, ਨਸ਼ੇ ਦੇ ਖਿਲਾਫ਼ ਬੋਲਦਾ ਸੀਗਾ, ਅਤੇ ਅਗਰ ਉਹਨੇ ਕੋਈ ਲੈਟਸ ਏ ਕੋਈ ਛੋਟਾ ਮੋਟਾ ਵਾਇਲੈਂਸ ਹੋਇਆ, ਤੁਸੀਂ ਉਹਨਾਂ ਨੂੰ ਸੈਕਸ਼ਨ 307 ਜਾਂ ਜਿਹੜਾ ਵੀ ਤੁਹਾਡੇ ਕੋਲ IPC ਦੀਆਂ ਧਾਰਾਂ ਲਾ ਕੇ ਉਹਨੂੰ ਬੁੱਕ ਕਰੋ, ਪੰਜਾਬ ਦੇ ਵਿੱਚ ਰੱਖੋ। ਹੁਣ ਫੋਟੋਆਂ ਦਾ ਸ਼ਹੀਦ ਭਗਤ ਸਿੰਘ ਦੀਆਂ ਅਤੇ ਲਾਈਆਂ ਮਗਰਲੇ ਪਾਸੇ ਬਾਬਾ ਸਾਹਿਬ ਅੰਬੇਦਕਰ ਦੀਆਂ, ਅਤੇ ਕਰਤੂਤਾਂ ਆਪਣੀਆਂ ਜਾਲਮਾਂ ਵਾਲੀਆਂ ਹੈਗੀਆਂ ਵਾ। ਕਿੱਥੇ ਸੀ ਦੱਸੋ ਮੈਨੂੰ, ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਕਿੱਥੇ ਲਾਇਆ ਯੂਆਪਾ ਦਾ ਕਾਨੂੰਨ ਅਤੇ NSA ਦਾ ਕਾਨੂੰਨ ਕਿੱਥੇ ਲਾਇਆ, ਪੜ੍ਹ ਕੇ ਦੱਸੋ ਮੈਨੂੰ ਚੰਗੀ ਤਰ੍ਹਾਂ। ਜੇ ਸ਼ਹੀਦ ਭਗਤ ਸਿੰਘ ਅੱਜ ਜਿੰਦਾ ਹੁੰਦਾ ਤਾਂ ਆਪਣੀ ਕੌਮ ਦੇ ਲੋਕਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਬਣਾਉਂਦਾ ਆ, ਉਹਨਾਂ ਨੂੰ NSA ਲਾ ਕੇ ਜੇਲ੍ਹਾਂ 'ਚ ਭੇਜਦਾ ਭਗਤ ਸਿੰਘ? ਨਹੀਂ ਭੇਜਦਾ। ਇਹ ਸਾਰਾ ਐਵੇਂ ਸਰਕਾਰੀ ਪ੍ਰਚਾਰ ਹੈ ਜੀ। ਖਹਿਰਾ ਸਾਹਿਬ, ਜਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਰਹੇ, ਤੁਹਾਡਾ ਨਾਮ ਵੀ ਕਿਤੇ ਨਾ ਕਿਤੇ ਜੋੜ ਦਿੱਤਾ ਗਿਆ ਕਿ ਗੈਂਗਸਟਰਾਂ ਦੇ ਨਾਲ ਲਿੰਕ ਨੇ, ਪਰ ਕਿਤੇ ਨਾ ਕਿਤੇ ਤੁਹਾਨੂੰ ਵੀ ਥ੍ਰੈਟ ਸੀਗੇ ਕਿ ਤੁਹਾਨੂੰ ਵੀ ਨਾਲ ਕੁਛ ਅਣਸੁਖਾਵੀ ਘਟਨਾ। ਹਾਂ, ਦੇਖੋ ਕਿੱਡਾ ਯਾਰ ਕੁਫਰ ਤੋਲਿਆ ਜਾ ਰਿਹਾ, ਕਿੱਡਾ ਝੂਠ ਬੋਲਿਆ ਜਾ ਰਿਹਾ ਕਿ ਜਦੋਂ ਮੇਰਾ ਕਪੂਰਥਲੇ 'ਚ ਰਿਮਾਂਡ ਲੈਣਾ ਸੀਗਾ, ਕਹਿੰਦੇ ਜੀ ਇਹ ਲੋਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨਾਲ ਅਸੀਂ ਇਹਦਾ ਲਿੰਕ ਉਹਦੀ ਤਹਿਕੀਕਾਤ ਕਰਨੀ, ਇਹਨਾਂ ਕੋਲ ਰਿਪੋਰਟ ਪਈ, ਵਾਈਲ ਦੇ ਗਿਵਿੰਗ ਐਨ ਐਪਲੀਕੇਸ਼ਨ ਦੇ ਰਹੇ, ਇਹਨਾਂ ਕੋਲ ਰਿਪੋਰਟ ਹੈ IDGP ਇੰਟੈਲੀਜੈਂਸ ਦੇ ਕੋਲ। ਭਗਵੰਤ ਮਾਨ ਨੂੰ ਪਤਾ ਹੋਣਾ ਕਿ ਮੈਂ ਲੋਰੈਂਸ ਬਿਸ਼ਨੋਈ ਦੀ ਹਿੱਟ ਲਿਸਟ 'ਤੇ ਆ, ਖਹਿਰਾ ਅਤੇ ਉਹਦਾ ਪਰਿਵਾਰ ਉੱਧਰ ਹਿੱਟ ਲਿਸਟ 'ਤੇ ਆ, ਇੱਥੇ ਝੂਠ ਬੋਲਿਆ ਜਾ ਰਿਹਾ ਵਾ ਟੂ ਟੇਕ ਮਾਈ ਰਿਮਾਂਡ, ਇੱਦਾਂ ਦਾ ਹੋਰ ਬਹੁਤ ਝੂਠ ਬੋਲਿਆ, ਰਿਕਵਰੀਆਂ ਝੂਠੀਆਂ ਪਲਾਂਟ ਕੀਤੀਆਂ, ਪਰਚੇ ਝੂਠੇ, ਜਿਹੜਾ ਪਰਚਾ ਮੇਰੇ 'ਤੇ ਕੀਤਾ ਕਿ ਵਿਟਨੈਸ ਡਰਾਉਂਦੇ ਸੀਗੇ, ਤੁਸੀਂ ਟੈਕਨੀਕਲੀ ਜਾ ਕੇ ਦੇਖੋ ਉਹ ਜਿਹੜੀ ਸ਼ਿਕਾਇਤ ਕੀਤੀ ਜਾ ਰਹੀ ਹੈ 15 ਅਕਤੂਬਰ ਅਤੇ 22 ਅਕਤੂਬਰ ਨੂੰ ਉਹ ਵਿਟਨੈਸ ਹੀ ਨਹੀਂ ਸੀਗਾ, ਉਹ ਵਿਟਨੈਸ ਤਾਂ ਬਣਿਆ ਵਾ ਮੇਰੇ ਖਿਲਾਫ਼ ਗਵਾਹੀ ਦਿੱਤੀ 30 ਅਕਤੂਬਰ ਨੂੰ ਜਾ ਕੇ ਉਹਨੇ, 15 ਦਿਨ ਪਹਿਲਾਂ ਹੀ ਗੱਲ ਬਣਾ ਲਈ ਸੀ ਝੂਠੀ, ਮੈਂ ਕਿੱਦਾਂ ਡਰਾ ਸਕਦਾ ਸੀ? ਮੈਨੂੰ ਨਾਭੇ ਦੀ ਜੇਲ੍ਹ ਵਿਦਨ ਜੇਲ੍ਹ ਰੱਖਿਆ ਸੀ, ਮੇਰਾ ਕੰਪਾਊਂਡ ਲੋਕ ਕੀਤਾ ਸੀਗਾ, ਗੇਟ ਲਾਏ ਸੀ, 3 ਸੰਤਰੀ ਬਿਠਾਏ ਸੀਗੇ, ਟੈਲੀਫੋਨ ਮੇਰੇ ਕੋਲ ਕੋਈ ਨਹੀਂ ਸੀਗਾ, ਮੈਨੂੰ ਕੋਈ ਮਿਲ ਨਹੀਂ ਸੀ ਸਕਦਾ ਜੇਲ੍ਹ ਦੇ ਵਿੱਚ, ਮੈਂ ਕਿਤੇ ਜਾ ਨਹੀਂ ਸੀ ਸਕਦਾ, ਮੈਂ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਸਕਦਾ ਸੀਗਾ, ਤਾਂ ਹਾਊ ਕੁਡ ਆਈ, ਮੈਂ ਕਿਸੇ ਵਿਟਨੈਸ ਨੂੰ ਕਿੱਦਾਂ ਧਮਕਾ ਦਿੰਦਾ ਜੀ ਜੇਲ੍ਹ 'ਚ ਬੈਠਾ, ਅਤੇ ਵਿਟਨੈਸ ਹੀ ਹੈ ਨਹੀਂ ਸੀ ਉਦੋਂ। ਸੋ ਇਹ ਸਾਰਾ ਝੂਠ ਤੋਲਿਆ। ਖਹਿਰਾ ਸਾਹਿਬ, ਅੱਗੇ ਦੀ ਰਣਨੀਤੀ ਕੀ ਤਿਆਰ ਕਰੋਗੇ ਜਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਸਮਾਂ ਹੈ 2024 ਵੀ ਸਿਰ ਦੇ ਉੱਤੇ ਹੈ, ਕਾਂਗਰਸ ਗੱਠਜੋੜ ਆਮ ਆਦਮੀ ਪਾਰਟੀ, ਇਹ ਚੀਜ਼ਾਂ ਨੂੰ ਦੇਖਦੇ ਹੋਏ ਸੁਖਪਾਲ ਸਿੰਘ ਖਹਿਰਾ ਕੀ ਰਣਨੀਤੀ? ਮੈਂ ਬਾਹਰ ਆਇਆ ਵਾਂ ਆਪਣੀ ਪਾਰਟੀ ਨੂੰ ਪਹਿਲਾਂ ਤਾਂ ਇਹੀ ਸਮਝਾਇਆ ਮੈਂ, ਜਾਂ ਪਹਿਲਾਂ ਵੀ ਉਹ ਕਹਿ ਹੀ ਰਹੇ ਸੀਗੇ, ਈਵਨ ਆਪਣੇ ਜਨਰਲ ਸੈਕਟਰੀ ਇੰਚਾਰਜ ਨੂੰ ਕਿਹਾ ਕਿ ਇਸ ਗੱਠਜੋੜ ਦਾ ਪੰਜਾਬ ਨੂੰ ਫਾਇਦਾ ਨਹੀਂ ਕੋਈ ਵੀ, ਤੁਸੀਂ ਬਾਕੀ ਸਟੇਟਾਂ 'ਚ ਕਰੋ, ਸਾਨੂੰ ਕੋਈ ਇਤਰਾਜ਼ ਨਹੀਂਗਾ। ਇੱਥੇ ਤਾਂ ਫਾਇਦਾ ਨਾ, ਇੱਥੇ ਕੋਰ ਇਸ਼ੂ ਆ ਕਿ BJP ਰੁਕਣੀ ਆ 24 'ਚ, ਇਹ ਪੰਜਾਬ 'ਚ ਤਾਂ ਪਹਿਲਾਂ ਰੁਕੀ ਹੋਈ ਹੈ। 1 ਨੰਬਰ ਦੀ ਪਾਰਟੀ ਆਮ ਆਦਮੀ MLA ਦੇ ਹਿਸਾਬ ਨਾਲ, 2 ਨੰਬਰ ਦੀ ਪਾਰਟੀ ਕਾਂਗਰਸ, ਇਹ ਦੋ ਇਕੱਠੀਆਂ ਹੋ ਕੇ 4th ਨੰਬਰ ਦੀ ਪਾਰਟੀ ਨੂੰ ਕਿੱਦਾਂ ਕੀ ਡਿਫੀਟ ਕਰਨਗੇ, ਪਹਿਲਾਂ ਹੀ ਡਿਫੀਟਡ ਹੈ। ਸੋ ਇਟ ਡਜ਼ਨਟ ਮੇਕ ਐਨੀ ਸੈਂਸ, ਮੈਂ ਸਮਝਾਇਆ, ਆਮ ਕੁਆਇਟ ਸ਼ੋਰ ਕਿ ਅਲਾਇੰਸ ਨਹੀਂ ਹੋਊਗਾ। ਸੁਨੇਹਾ ਜਾਂਦੇ ਆਪਣੇ ਸਰੋਤਿਆਂ ਨੂੰ ਕੀ ਦੇਣਾ ਚਾਹੁੰਦੇ ਹੋ? ਬਸ ਕੁਛ ਨਹੀਂ, ਇਹੀ ਕਹਿਣਾ ਕਿ ਤੁਸੀਂ ਮੇਰੇ ਲਈ ਜੋ ਅਰਦਾਸਾਂ ਕੀਤੀਆਂ, ਤੁਹਾਡੀ ਬਦੌਲਤ ਜਿਹੜਾ ਮੈਂ ਅੱਜ ਆਜ਼ਾਦ ਹਾਂ, ਉਹਦਾ ਮੈਂ ਤੁਹਾਡਾ ਸਭ ਦਾ, ਉਸ ਅਕਾਲ ਪੁਰਖ ਸਮੇਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਸ਼ੁਕਰੀਆ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਸੀਗੇ, ਗੱਲਬਾਤ ਕਰ ਰਹੇ ਸੀਗੇ।
ਤਾਂ ਇਹ ਇੰਟਰਵਿਊ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ। ਕੈਮਰਾ ਸਹਿਯੋਗ ਦੀ ਸੀ ਜਗਜੀਤ। ਧੰਨਵਾਦ।